ਪਰਿਵਾਰ ਦੇ ਕੰਮ ਜਾਣ ਤੋਂ ਬਾਅਦ ਲੜਕੀ ਨੇ ਲਿਆ ਫਾਹਾ, ਸੁਸਾਈਡ ਨੋਟ ਨਹੀਂ ਮਿਲਿਆ, ਮੋਬਾਈਲ ਫੋਨ ਬਰਾਮਦ। ਸੈਕਟਰ 39 ਦੇ ਥਾਣੇ ਅਧੀਨ ਪੈਂਦੇ ਸੈਕਟਰ 56 ਦੇ ਵਿੱਚ ਹੋਈ ਵਾਰਦਾਤ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਥਾਣਾ ਪੁਲਿਸ। ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਮ੍ਰਿਤਕਾ ਦੀ ਪਹਿਚਾਣ ਅੰਜਲੀ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਨੂੰ ਫੋਨ ਰਾਹੀਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਣ ਦੀ ਉਮੀਦ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 39 ਤੀਨ ਪੈਂਦੇ ਥਾਣੇ ਦੇ ਸੈਕਟਰ 56 ਦੇ ਵਿੱਚ ਇੱਕ ਕੁੜੀ ਨੇ ਫਾਹਾ ਲੈ ਲਿਆ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਨਹੀਂ ਸੀ, ਉਹ ਕੰਮ 'ਤੇ ਗਏ ਹੋਏ ਸੀ। ਉਸ ਪਿੱਛੋਂ ਕੁੜੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਖਬਰ ਲੱਗੀ ਤਾਂ ਉਹ ਮੌਕੇ 'ਤੇ ਪਹੁੰਚ ਗਈ, ਜਿੱਥੇ ਪੁਲਿਸ ਟੀਮ ਨੇ ਕੁੜੀ ਨੂੰ ਫਾਹੇ ਜਿਸ ਥਾਂ 'ਤੇ ਲਿਆ ਸੀ ਉੱਥੋਂ ਲਾਇਆ ਅਤੇ ਸੈਕਟਰ 16 ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ 'ਤੇ ਕੰਮ ਜਾਣ ਤੋਂ ਬਾਅਦ ਲੜਕੀ ਨੇ ਲਿਆ ਫਾਹਾ, ਸੁਸਾਈਡ ਨੋਟ ਨਹੀਂ ਮਿਲਿਆ, ਮੋਬਾਈਲ ਫੋਨ ਬਰਾਮਦ। ਸੈਕਟਰ 39 ਦੇ ਥਾਣੇ ਅਧੀਨ ਪੈਂਦੇ ਸੈਕਟਰ 56 ਦੇ ਵਿੱਚ ਹੋਈ ਵਾਰਦਾਤ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਥਾਣਾ ਪੁਲਿਸ। ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਮ੍ਰਿਤਕਾ ਦੀ ਪਹਿਚਾਣ ਅੰਜਲੀ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਨੂੰ ਫੋਨ ਰਾਹੀਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਣ ਦੀ ਉਮੀਦ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 39 ਤੀਨ ਪੈਂਦੇ ਥਾਣੇ ਦੇ ਸੈਕਟਰ 56 ਦੇ ਵਿੱਚ ਇੱਕ ਕੁੜੀ ਨੇ ਫਾਹਾ ਲੈ ਲਿਆ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਨਹੀਂ ਸੀ, ਉਹ ਕੰਮ 'ਤੇ ਗਏ ਹੋਏ ਸੀ। ਉਸ ਪਿੱਛੋਂ ਕੁੜੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਖਬਰ ਲੱਗੀ ਤਾਂ ਉਹ ਮੌਕੇ 'ਤੇ ਪਹੁੰਚ ਗਈ, ਜਿੱਥੇ ਪੁਲਿਸ ਟੀਮ ਨੇ ਕੁੜੀ ਨੂੰ ਫਾਹੇ ਜਿਸ ਥਾਂ 'ਤੇ ਲਿਆ ਸੀ ਉੱਥੋਂ ਲਾਇਆ ਅਤੇ ਸੈਕਟਰ 16 ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ 'ਤੇ ਕੰਮ ਜਾਣ ਤੋਂ ਬਾਅਦ ਲੜਕੀ ਨੇ ਲਿਆ ਫਾਹਾ, ਸੁਸਾਈਡ ਨੋਟ ਨਹੀਂ ਮਿਲਿਆ, ਮੋਬਾਈਲ ਫੋਨ ਬਰਾਮਦ। ਸੈਕਟਰ 39 ਦੇ ਥਾਣੇ ਅਧੀਨ ਪੈਂਦੇ ਸੈਕਟਰ 56 ਦੇ ਵਿੱਚ ਹੋਈ ਵਾਰਦਾਤ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਥਾਣਾ ਪੁਲਿਸ। ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਮ੍ਰਿਤਕਾ ਦੀ ਪਹਿਚਾਣ ਅੰਜਲੀ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਨੂੰ ਫੋਨ ਰਾਹੀਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਣ ਦੀ ਉਮੀਦ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 39 ਤੀਨ ਪੈਂਦੇ ਥਾਣੇ ਦੇ ਸੈਕਟਰ 56 ਦੇ ਵਿੱਚ ਇੱਕ ਕੁੜੀ ਨੇ ਫਾਹਾ ਲੈ ਲਿਆ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਨਹੀਂ ਸੀ, ਉਹ ਕੰਮ 'ਤੇ ਗਏ ਹੋਏ ਸੀ। ਉਸ ਪਿੱਛੋਂ ਕੁੜੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਖਬਰ ਲੱਗੀ ਤਾਂ ਉਹ ਮੌਕੇ 'ਤੇ ਪਹੁੰਚ ਗਈ, ਜਿੱਥੇ ਪੁਲਿਸ ਟੀਮ ਨੇ ਕੁੜੀ ਨੂੰ ਫਾਹੇ ਜਿਸ ਥਾਂ 'ਤੇ ਲਿਆ ਸੀ ਉੱਥੋਂ ਲਾਇਆ ਅਤੇ ਸੈਕਟਰ 16 ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ 'ਤੇ ਕੰਮ ਜਾਣ ਤੋਂ ਬਾਅਦ ਲੜਕੀ ਨੇ ਲਿਆ ਫਾਹਾ, ਸੁਸਾਈਡ ਨੋਟ ਨਹੀਂ ਮਿਲਿਆ, ਮੋਬਾਈਲ ਫੋਨ ਬਰਾਮਦ। ਸੈਕਟਰ 39 ਦੇ ਥਾਣੇ ਅਧੀਨ ਪੈਂਦੇ ਸੈਕਟਰ 56 ਦੇ ਵਿੱਚ ਹੋਈ ਵਾਰਦਾਤ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਥਾਣਾ ਪੁਲਿਸ। ਲੜਕੀ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਮ੍ਰਿਤਕਾ ਦੀ ਪਹਿਚਾਣ ਅੰਜਲੀ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਪੁਲਿਸ ਨੂੰ ਫੋਨ ਰਾਹੀਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗਣ ਦੀ ਉਮੀਦ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 39 ਤੀਨ ਪੈਂਦੇ ਥਾਣੇ ਦੇ ਸੈਕਟਰ 56 ਦੇ ਵਿੱਚ ਇੱਕ ਕੁੜੀ ਨੇ ਫਾਹਾ ਲੈ ਲਿਆ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਨਹੀਂ ਸੀ, ਉਹ ਕੰਮ 'ਤੇ ਗਏ ਹੋਏ ਸੀ। ਉਸ ਪਿੱਛੋਂ ਕੁੜੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਦੋਂ ਪੁਲਿਸ ਨੂੰ ਇਸ ਘਟਨਾ ਦੀ ਖਬਰ ਲੱਗੀ ਤਾਂ ਉਹ ਮੌਕੇ 'ਤੇ ਪਹੁੰਚ ਗਈ, ਜਿੱਥੇ ਪੁਲਿਸ ਟੀਮ ਨੇ ਕੁੜੀ ਨੂੰ ਫਾਹੇ ਜਿਸ ਥਾਂ 'ਤੇ ਲਿਆ ਸੀ ਉੱਥੋਂ ਲਾਇਆ ਅਤੇ ਸੈਕਟਰ 16 ਹਸਪਤਾਲ ਦੇ ਵਿੱਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।